ਤੜਕੇ ਤੜਕੇ 5 ਵਜੇ ਗੁਰੂ ਘਰ ਜਾ ਰਹੀਆਂ ਔਰਤਾਂ ਦੇ ਕੋਲੋਂ ਲੁੱਟ ਖੋ ਦਾ ਮਾਮਲਾ ਸਾਹਮਣੇ ਆਇਆ। ਗੁਰੂ ਘਰ ਜਾ ਰਹੀਆਂ ਔਰਤਾਂ ਨੂੰ ਲੁਟੇਰਿਆਂ ਦੇ ਵੱਲੋਂ ਹੁਣ ਨਿਸ਼ਾਨਾ ਬਣਾਇਆ ਗਿਆ। ਤਾਂ ਦੱਸ ਦਈਏ ਕਿ ਸਵੇਰੇ 5 ਵਜੇ ਦੇ ਕਰੀਬ ਜਦੋਂ 2 ਔਰਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਜਾ ਰਹੀਆਂ ਸੀ ਤਾਂ ਸਕੂਟੀ ਦੇ ਉੱਤੇ ਆਏ 2 ਲੁਟੇਰਿਆਂ ਦੇ ਵੱਲੋਂ ਪਹਿਲਾਂ ਤਾਂ ਤੇਜ਼ ਧਾਰ ਹਥਿਆਰ ਦਿਖਾਏ ਜਾਂਦੇ ਨੇ ਤੇ ਹਥਿਆਰਾਂ ਦੀ ਨੋਕ ਦੇ ਉੱਤੇ ਔਰਤਾਂ ਦੇ ਕੋਲੋਂ ਲੁੱਟ ਕੀਤੀ ਗਈ ਹੈ। ਦੋਵਾਂ ਔਰਤਾਂ ਦੇ ਕੰਨਾਂ ਦੇ ਵਿੱਚੋਂ ਵਾਲੀਆਂ ਲਾ ਲਈਆਂ ਤੇ ਨਾਲ ਹੀ ਹੱਥਾਂ ਦੇ ਵਿੱਚ ਪਾਈਆਂ ਸੋਨੇ ਦੀਆਂ ਅੰਗੂਠੀਆਂ ਵੀ ਉਤਰਵਾ ਕੇ ਜੋ ਲੁਟੇਰੇ ਸੀ ਉਹ ਮੌਕੇ ਤੋਂ ਫਰਾਰ ਹੋ ਗਏ। ਤਾਂ ਮਾਮਲਾ ਟਾਂਡਾ ਤੋਂ ਸਾਹਮਣੇ ਆਇਆ ਜਿੱਥੇ ਕਿ ਤੜਕੇ ਤੜਕੇ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਜਾ ਰਹੀਆਂ ਔਰਤਾਂ ਨੂੰ ਲੁਟੇਰਿਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ। 2 ਔਰਤਾਂ ਜਦੋਂ ਘਰ ਤੋਂ ਨਤਮਸਤਕ ਹੋਣ ਦੇ ਲਈ ਗੁਰੂ ਘਰ ਦੇ ਲਈ ਜਦੋਂ ਨਿਕਲੀਆਂ ਤਾਂ ਰਸਤੇ ਦੇ ਵਿੱਚ ਉਹਨਾਂ ਨੂੰ ਲੁੱਟ ਦਾ ਨਿਸ਼ਾਨਾ ਬਣਾਇਆ ਜਾਂਦਾ। 2 ਲੁਟੇਰੇ ਸਕੂਟੀ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ, ਤਲਵਾਰ ਦਿਖਾਈ ਜਾਂਦੀ ਹੈ ਤੇ ਤਲਵਾਰ ਦੇ ਸਿਰ ਦੇ ਉੱਤੇ ਕਿਹਾ ਜਾ ਰਿਹਾ ਕਿ ਔਰਤਾਂ ਦੇ ਨਾਲ ਲੁੱਟ ਖੋ ਕੀਤੀ ਗਈ ਹੈ। ਹਾਲਾਂਕਿ ਚੋਰਾਂ ਨੇ ਇੱਥੋਂ ਤੱਕ ਔਰਤਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਨੇ ਰੋਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਹਨਾਂ ਨੂੰ ਜਾਨ ਤੋਂ ਮਾਰ ਦੇਣਗੇ। ਤਾਂ ਟਾਂਡਾ ਦੇ ਵਿੱਚ ਇਹ ਸਵੇਰੇ ਸਵੇਰੇ ਲੁੱਟ ਦੀ ਵਾਰਦਾਤ ਵਾਪਰੀ ਹੈ। ਗੁਰੂ ਘਰ ਜਾ ਰਹੀਆਂ ਔਰਤਾਂ ਦੇ ਕੋਲੋਂ ਲੁੱਟ ਖੋ ਕੀਤੀ ਗਈ ਹੈ। 2 ਸੋਨੇ ਦੀਆਂ ਅੰਗੂਠੀਆਂ ਅਤੇ ਔਰਤਾਂ ਦੇ ਕੰਨਾਂ ਦੇ ਵਿੱਚ ਪਾਈਆਂ ਵਾਲੀਆਂ ਲੁੱਟ ਕੇ ਲੁਟੇਰੇ ਫਰਾਰ ਹੋ ਗਏ ਨੇ। ਫਿਲਹਾਲ ਹੁਣ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ। ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ, ਆਲੇ ਦੁਆਲੇ ਲੱਗੇ CCTV ਫੁਟੇਜ ਖੰਗਾਲੇ ਜਾ ਰਹੇ ਨੇ ਕਿ ਆਖਰ ਦੋਵੇਂ ਚੋਰ ਹੈ ਕੌਣ ਸੀ ਤੇ ਸਕੂਟੀ ਦਾ ਨੰਬਰ ਕੀ ਹੈ। ਤਾਂ ਇਹਨਾਂ ਚੀਜ਼ਾਂ ਦਾ ਪਤਾ ਹੁਣ ਪੁਲਿਸ ਦੇ ਵੱਲੋਂ ਲਗਾਇਆ ਜਾ ਰਿਹਾ ਹੈ। ਟਾਂਡਾ ਦੇ ਵਿੱਚ ਇਹ ਸਵੇਰੇ ਸਵੇਰੇ ਲੁੱਟ ਦੀ ਵਾਰਦਾਤ ਵਾਪਰੀ ਹੈ ਜਦੋਂ 2 ਔਰਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਜਾ ਰਹੀਆਂ ਸੀ ਤਾਂ ਰਾਹ ਦੇ ਵਿੱਚ ਉਹਨਾਂ ਨੂੰ ਘੇਰਾ ਪਾ ਕੇ ਇਹਨਾਂ ਲੁਟੇਰਿਆਂ ਦੇ ਵੱਲੋਂ ਲੁੱਟਿਆ ਗਿਆ। ਹਾਲਾਂਕਿ ਇਸ ਦੌਰਾਨ ਦੋਵਾਂ ਔਰਤਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਅੱਜ ਸਵੇਰੇ 5:15 ਦੀ ਗੱਲ ਹੈ, ਮੈਂ ਗੁਰਦੁਆਰੇ ਸਾਹਿਬ ਜਾ ਰਹੀ ਸੀ ਸੁਖਮਨੀ ਸਾਹਿਬ ਅਟੈਂਡ ਕਰਨ, ਅਤੇ ਜੈਸੇ ਆਪਣੀ ਗਲੀ ਕ੍ਰੋਸ ਕੀਤੀ ਤਹਿਸੀਲ ਰੋਡ 'ਤੇ, 2 ਅਨਆਈਡੈਂਟੀਫਾਈਡ ਪਰਸਨਸ ਨੇ ਮੈਨੂੰ ਰੋਕਿਆ। ਉਹਨਾਂ ਵਿੱਚੋਂ ਇੱਕ ਨੇ ਡਾਂਟ ਫੜਿਆ ਸੀ ਔਰ ਮੇਰੀ ਗੋਲਡ ਦੇ ਟੋਪਸ ਔਰ 2 ਰਿੰਗਸ ਮੇਰੇ ਕੋਲੋਂ ਲਗਾ ਲਿਆ। ਕੀ ਮੰਗ ਕਰਦੇ ਪ੍ਰਸ਼ਾਸਨ ਤੋਂ? ਉਹਨਾਂ ਨੇ ਮੇਰਾ ਇਹੀ ਡਿਮਾਂਡ ਕੀਤੀ ਕਿ ਜੋ ਵੀ ਜੁਲਰੀ ਪਾਈ ਹੈ ਤੁਸੀਂ ਲਾ ਦਿਓ। ਪ੍ਰਸ਼ਾਸਨ ਦਾ ਕੀ ਮੰਗ ਕਰਦੇ? ਪ੍ਰਸ਼ਾਸਨ ਕੋਲੋਂ ਇਹੀ ਹੈ ਡਿਮਾਂਡ ਕਿ ਸਾਡੀ ਸਿਕਿਉਰਿਟੀ ਵਧਾਈ ਜਾਏ। ਲੇਡੀਜ਼ ਲਈ ਕੁਛ ਵੀ ਸਿਕਿਉਰ ਨਹੀਂ ਹੈਗਾ, ਸੋ ਸੇਫਟੀ ਲਈ ਸਿਕਿਉਰਿਟੀ ਲਈ ਕੁਛ ਨਾ ਕੁਛ ਕੀਤਾ ਜਾਏ ਸੋ ਦੈਟ ਅਸੀਂ ਸੇਫ ਰਹੀਏ। ਤੜਕੇ ਤੜਕੇ 5 ਵਜੇ ਗੁਰੂ ਘਰ ਜਾ ਰਹੀਆਂ ਔਰਤਾਂ ਦੇ ਕੋਲੋਂ ਲੁੱਟ ਖੋ ਦਾ ਮਾਮਲਾ ਸਾਹਮਣੇ ਆਇਆ। ਗੁਰੂ ਘਰ ਜਾ ਰਹੀਆਂ ਔਰਤਾਂ ਨੂੰ ਲੁਟੇਰਿਆਂ ਦੇ ਵੱਲੋਂ ਹੁਣ ਨਿਸ਼ਾਨਾ ਬਣਾਇਆ ਗਿਆ। ਤਾਂ ਦੱਸ ਦਈਏ ਕਿ ਸਵੇਰੇ 5 ਵਜੇ ਦੇ ਕਰੀਬ ਜਦੋਂ 2 ਔਰਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਜਾ ਰਹੀਆਂ ਸੀ ਤਾਂ ਸਕੂਟੀ ਦੇ ਉੱਤੇ ਆਏ 2 ਲੁਟੇਰਿਆਂ ਦੇ ਵੱਲੋਂ ਪਹਿਲਾਂ ਤਾਂ ਤੇਜ਼ ਧਾਰ ਹਥਿਆਰ ਦਿਖਾਏ ਜਾਂਦੇ ਨੇ ਤੇ ਹਥਿਆਰਾਂ ਦੀ ਨੋਕ ਦੇ ਉੱਤੇ ਔਰਤਾਂ ਦੇ ਕੋਲੋਂ ਲੁੱਟ ਕੀਤੀ ਗਈ ਹੈ। ਦੋਵਾਂ ਔਰਤਾਂ ਦੇ ਕੰਨਾਂ ਦੇ ਵਿੱਚੋਂ ਵਾਲੀਆਂ ਲਾ ਲਈਆਂ ਤੇ ਨਾਲ ਹੀ ਹੱਥਾਂ ਦੇ ਵਿੱਚ ਪਾਈਆਂ ਸੋਨੇ ਦੀਆਂ ਅੰਗੂਠੀਆਂ ਵੀ ਉਤਰਵਾ ਕੇ ਜੋ ਲੁਟੇਰੇ ਸੀ ਉਹ ਮੌਕੇ ਤੋਂ ਫਰਾਰ ਹੋ ਗਏ। ਤਾਂ ਮਾਮਲਾ ਟਾਂਡਾ ਤੋਂ ਸਾਹਮਣੇ ਆਇਆ ਜਿੱਥੇ ਕਿ ਤੜਕੇ ਤੜਕੇ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਜਾ ਰਹੀਆਂ ਔਰਤਾਂ ਨੂੰ ਲੁਟੇਰਿਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ। 2 ਔਰਤਾਂ ਜਦੋਂ ਘਰ ਤੋਂ ਨਤਮਸਤਕ ਹੋਣ ਦੇ ਲਈ ਗੁਰੂ ਘਰ ਦੇ ਲਈ ਜਦੋਂ ਨਿਕਲੀਆਂ ਤਾਂ ਰਸਤੇ ਦੇ ਵਿੱਚ ਉਹਨਾਂ ਨੂੰ ਲੁੱਟ ਦਾ ਨਿਸ਼ਾਨਾ ਬਣਾਇਆ ਜਾਂਦਾ। 2 ਲੁਟੇਰੇ ਸਕੂਟੀ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ, ਤਲਵਾਰ ਦਿਖਾਈ ਜਾਂਦੀ ਹੈ ਤੇ ਤਲਵਾਰ ਦੇ ਸਿਰ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਔਰਤਾਂ ਦੇ ਨਾਲ ਲੁੱਟ ਖੋ ਕੀਤੀ ਗਈ ਹੈ। ਹਾਲਾਂਕਿ
ਚੋਰਾਂ ਨੇ ਇੱਥੋਂ ਤੱਕ ਔਰਤਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਨੇ ਰੋਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਹਨਾਂ ਨੂੰ ਜਾਨ ਤੋਂ ਮਾਰ ਦੇਣਗੇ। ਤਾਂ ਟਾਂਡਾ ਦੇ ਵਿੱਚ ਇਹ ਸਵੇਰੇ ਸਵੇਰੇ ਲੁੱਟ ਦੀ ਵਾਰਦਾਤ ਵਾਪਰੀ ਹੈ। ਗੁਰੂ ਘਰ ਜਾ ਰਹੀਆਂ ਔਰਤਾਂ ਦੇ ਕੋਲੋਂ ਲੁੱਟ ਖੋਹ ਕੀਤੀ ਗਈ ਹੈ। 2 ਸੋਨੇ ਦੀਆਂ ਅੰਗੂਠੀਆਂ ਅਤੇ ਔਰਤਾਂ ਦੇ ਕੰਨਾਂ ਦੇ ਵਿੱਚ ਪਾਈਆਂ ਵਾਲੀਆਂ ਲੁੱਟ ਕੇ ਲੁਟੇਰੇ ਫਰਾਰ ਹੋ ਗਏ ਨੇ। ਫਿਲਹਾਲ ਹੁਣ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ। ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ। ਆਲੇ ਦੁਆਲੇ ਲੱਗੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਨੇ ਕਿ ਆਖਰ ਦੋਵੇਂ ਚੋਰ ਹੈ ਕੌਣ ਸੀ ਤੇ ਸਕੂਟੀ ਦਾ ਨੰਬਰ ਕੀ ਹੈ। ਤਾਂ ਇਹਨਾਂ ਚੀਜ਼ਾਂ ਦਾ ਪਤਾ ਹੁਣ ਪੁਲਿਸ ਦੇ ਵੱਲੋਂ ਲਗਾਇਆ ਜਾ ਰਿਹਾ ਹੈ। ਟਾਂਡਾ ਦੇ ਵਿੱਚ ਇਹ ਸਵੇਰੇ ਸਵੇਰੇ ਲੁੱਟ ਦੀ ਵਾਰਦਾਤ ਵਾਪਰੀ ਹੈ। ਜਦੋਂ 2 ਔਰਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਜਾ ਰਹੀਆਂ ਸੀ ਤਾਂ ਰਾਹ ਦੇ ਵਿੱਚ ਉਹਨਾਂ ਨੂੰ ਘੇਰਾ ਪਾ ਕੇ ਇਹਨਾਂ ਲੁਟੇਰਿਆਂ ਦੇ ਵੱਲੋਂ ਲੁੱਟਿਆ ਗਿਆ। ਹਾਲਾਂਕਿ ਇਸ ਦੌਰਾਨ ਦੋਵਾਂ ਔਰਤਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਅੱਜ ਸਵੇਰੇ 5:15 ਦੀ ਗੱਲ ਹੈ, ਮੈਂ ਗੁਰਦੁਆਰੇ ਸਾਹਿਬ ਜਾ ਰਹੀ ਸੀ ਸੁਖਮਨੀ ਸਾਹਿਬ ਅਟੈਂਡ ਕਰਨ, ਅਤੇ ਜੈਸੇ ਆਪਣੀ ਗਲੀ ਕ੍ਰੋਸ ਕੀਤੀ ਤਹਿਸੀਲ ਰੋਡ 'ਤੇ, 2 ਅਨਆਈਡੈਂਟੀਫਾਈਡ ਪਰਸਨਸ ਨੇ ਮੈਨੂੰ ਰੋਕਿਆ। ਉਹਨਾਂ ਵਿੱਚੋਂ ਇੱਕ ਨੇ ਡਾਂਟ ਫੜਿਆ ਸੀ ਔਰ ਮੇਰੀ ਗੋਲਡ ਦੇ ਟੋਪਸ ਔਰ 2 ਰਿੰਗਸ ਮੇਰੇ ਕੋਲੋਂ ਲਗਾ ਲਿਆ। ਕੀ ਮੰਗ ਕਰਦੇ ਪ੍ਰਸ਼ਾਸਨ ਤੋਂ? ਉਹਨਾਂ ਨੇ ਮੇਰਾ ਇਹੀ ਡਿਮਾਂਡ ਕੀਤੀ ਕਿ ਜੋ ਵੀ ਜੁਲਰੀ ਪਾਈ ਹੈ ਤੁਸੀਂ ਲਾ ਦਿਓ। ਪ੍ਰਸ਼ਾਸਨ ਦਾ ਕੀ ਮੰਗ ਕਰਦੇ? ਪ੍ਰਸ਼ਾਸਨ ਕੋਲੋਂ ਇਹੀ ਹੈ ਡਿਮਾਂਡ ਕਿ ਸਾਡੀ ਸਿਕਿਉਰਿਟੀ ਵਧਾਈ ਜਾਏ। ਲੇਡੀਜ਼ ਲਈ ਕੁਛ ਵੀ ਸਿਕਿਉਰ ਨਹੀਂ ਹੈਗਾ, ਸੋ ਸੇਫਟੀ ਲਈ ਸਿਕਿਉਰਿਟੀ ਲਈ ਕੁਛ ਨਾ ਕੁਛ ਕੀਤਾ ਜਾਏ ਸੋ ਦੈਟ ਅਸੀਂ ਸੇਫ ਰਹੀਏ।